ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਜੇ ਕੁੰਭ ਦੇ ਦਰਸ਼ਕ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਜੇ ਕੁੰਭ ਦੇ ਦਰਸ਼ਕ, ਇਸ ਵੇਲੇ ਅਸੀਂ ਸੰਤ ਬਾਬਾ ਚਰਨਜੀਤ ਸਿੰਘ ਜੀ ਜੱਸੋਵਾਲ, ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹਨ, ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਇਹ ਗੱਲਬਾਤ ਹੈਗੀ ਆ ਕਿ ਜਿਹੜੇ ਪਿਛਲੇ ਦਿਨਾਂ ਤੋਂ ਮੁਲਾਜ਼ਮਾਂ ਦੇ ਵਿੱਚ ਜਿਹੜੀ ਉਹਨਾਂ ਦੀ ਤਨਖਾਹ ਜਿੰਨੀ ਹੁੰਦੀ ਸੀ ਵੀ ਉਹ ਤੋਂ ਵੀ ਘਟਾਈ ਜਾ ਰਹੀ ਆ, ਉਹ ਮਸਲਾ ਕਾਫੀ ਗਰਮਾਇਆ ਹੋਇਆ, ਉਹਦੇ ਸੰਬੰਧ ਵਿੱਚ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਵਾਜੇ ਕੌਮ ਦੇ ਵਿੱਚ ਜੀ ਆਇਆਂ ਕਹਿੰਦੇ ਆ ਬਾਬਾ ਜੀ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਇਹ ਮਸਲਾ ਜਿਹੜਾ ਮੁਲਾਜ਼ਮਾਂ ਦੀ ਤਨਖਾਹ ਦਾ ਕੀ ਆ, ਪਹਿਲਾਂ ਥੋੜਾ ਵੇਰਵੇ ਨਾਲ ਦੱਸਿਓ। ਸੰਗਤ ਜੀ, ਬੇਨਤੀ ਹੈਗੀ ਆ ਵੀ ਵਾਜੇ ਕੌਮ ਟੀਵੀ ਤੋਂ ਜੋ ਇੰਗਲੈਂਡ ਦੇ ਵਿੱਚ ਜਾਂ ਸੰਸਾਰ ਦੇ ਵਿੱਚ ਸੰਗਤਾਂ ਸੁਣ ਰਹੀਆਂ, ਸਭ ਤੋਂ ਪਹਿਲਾਂ ਦਾਸ ਅੰਮ੍ਰਿਤਸਰ ਦੀ ਧਰਤੀ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀਆਂ ਕਮਰਿਆਂ ਵਿੱਚੋਂ ਸਮੁੱਚੀਆਂ ਸੰਗਤਾਂ ਨੂੰ ਫਤਿਹ ਬੁਲਾਉਣਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਮਸਲਾ ਇਹ ਆ ਵੀ 1 ਨਵੰਬਰ 2019 ਨੂੰ ਭਾਈ ਗੋਬਿੰਦਵਾਲ ਲੌਂਗੋਵਾਲ ਸਾਹਿਬ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਠੀਕ ਹੈ। ਜਿਸ ਮੀਟਿੰਗ ਦੇ ਵਿੱਚ ਸਮੁੱਚੇ ਮੁਲਾਜ਼ਮਾਂ ਦੀਆਂ ਜਿੰਨੀਆਂ ਵੀ ਛੋਟੇ ਵੱਡੇ ਮੁਲਾਜ਼ਮ ਮੈਨੇਜਰ ਸਨ, ਸਭ ਦੀਆਂ ਤਨਖਾਹ ਵਧਾਈਆਂ ਗਈਆਂ। ਠੀਕ। ਤੇ ਬਹੁਤ ਵੱਡੀ ਖੁਸ਼ੀ ਪਾਈ ਗਈ ਮੁਲਾਜ਼ਮਾਂ ਦੇ ਵਿੱਚ। ਠੀਕ। ਪਰ 2020 ਦੇ ਵਿੱਚ 6 ਮਾਰਚ ਨੂੰ ਇੱਕ ਇਹਨਾਂ ਦੀ ਮੀਟਿੰਗ ਚੰਡੀਗੜ੍ਹ ਵਿੱਚ ਹੋਈ। ਹਾਂਜੀ। ਜਿਸ ਮੀਟਿੰਗ ਦੇ ਵਿੱਚ ਮੈਡੀਕਲ ਜਿਹੜਾ 1,000 ਰੁਪਇਆ ਸੀ ਉਹ 500 ਰੁਪਇਆ ਕਰ ਦਿੱਤਾ ਗਿਆ। ਹਾਂਜੀ। ਜਿਹੜੇ ਕਮਰਿਆਂ ਦੇ ਹਾਊਸਾਂ ਦੇ ਰੈਂਟ ਸੀਗੇ ਉਹ 800 ਰੁਪਏ ਤੋਂ 3500 ਰੁਪਏ ਕਰ ਦਿੱਤੇ ਗਏ। ਅੱਛਾ ਜੀ। ਸਮੁੱਚਾ ਹੀ ਵਰਗ ਲਗਭਗ 11-12 ਹਜ਼ਾਰ ਮੁਲਾਜ਼ਮ ਸੀਗਾ। ਹਾਂਜੀ। ਜਿਨ੍ਹਾਂ ਮੁਲਾਜ਼ਮਾਂ ਦੇ ਤਨਖਾਹਾਂ ਦੇ ਵਿੱਚ ਮੈਡੀਕਲ ਵਿੱਚ ਸਹੂਲਤਾਂ ਵਿੱਚ ਕਟੌਤੀ ਕੀਤੀ ਗਈ। ਠੀਕ ਹੈ। ਤੇ ਸਾਰੇ ਮੁਲਾਜ਼ਮਾਂ ਦੇ ਜੋ ਮੀਡੀਆ ਦੇ ਵਿੱਚ ਅਖਬਾਰਾਂ ਦੇ ਰਾਹੀਂ ਜਾਂ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਵੱਡੇ ਖਬਰਾਂ ਇਹ ਪ੍ਰਚਾਰ ਹੋਇਆ ਕਿ 12,000 ਮੁਲਾਜ਼ਮ ਸ਼੍ਰੋਮਣੀ ਕਮੇਟੀ ਦਾ ਬਹੁਤ ਸਖ਼ਤ ਨਾਰਾਜ਼ ਆ। ਠੀਕ ਹੈ। ਇਸ ਵੇਲੇ ਦਾਸ ਨੂੰ ਇਸ ਗੱਲ ਦਾ ਪਤਾ ਲੱਗਾ। ਦਾਸ ਨੇ ਸਾਰੇ ਮੁਲਾਜ਼ਮਾਂ ਦੇ ਨਾਲ ਕੱਲੇ ਕੱਲੇ ਦਫ਼ਤਰ ਜਾ ਕੇ ਸਲਾਹ ਕਰਨ ਤੋਂ ਬਾਅਦ, ਹਾਂਜੀ, ਜੋ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਇੰਦ ਸਿੰਘ ਲੌਂਗੋਵਾਲ ਦੇ ਪੀਏ ਮਹਿੰਦਰ ਸਿੰਘ ਜੀ ਆਲੀਵਾਲ ਨਿੱਜੀ ਪੀਏ ਹਨ ਦਫ਼ਤਰ ਦੇ ਵਿੱਚ, ਠੀਕ, ਉਹਨਾਂ ਨੂੰ ਇੱਕ ਲਿਖਤੀ ਰੂਪ ਦੇ ਵਿੱਚ ਮੰਗ ਪੱਤਰ ਦਿੱਤਾ ਗਿਆ। ਠੀਕ ਹੈ। ਜਿਹਦੇ ਵਿੱਚ ਬਹੁਤ ਨਿਮਰਤਾ ਦੇ ਨਾਲ ਬੇਨਤੀਆਂ ਕੀਤੀਆਂ ਗਈਆਂ ਕਿ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ, ਹਾਂਜੀ, ਤੇ ਵਧੀਆ ਪ੍ਰਬੰਧ ਚਲਾਉਣ ਦੇ ਵਿੱਚ ਸਹਿਯੋਗ ਕਰਦੇ ਹਨ, ਧਰਮ ਪ੍ਰਚਾਰ ਵਿੱਚ ਸਹਿਯੋਗ ਕਰਦੇ ਹਨ, ਹਾਂਜੀ, ਜਿਹੜੀ ਖੁਸ਼ੀ 1 ਨਵੰਬਰ 2019 ਦੇ ਵਿੱਚ ਇਹਨਾਂ ਨੂੰ ਖੁਸ਼ੀ ਮਿਲੀ ਸੀ ਉਹ 6 ਮਾਰਚ 2020 ਤੋਂ ਅੱਜ ਤੱਕ ਨਿਰਾਸ਼ਾ ਦੇ ਆਲਮ ਵਿੱਚ ਡੁੱਬੇ ਹੋਏ ਹਨ। ਠੀਕ। ਤੇ ਦਾਸ ਨੇ ਬਤੌਰੇ ਮੈਂਬਰ ਸ਼੍ਰੋਮਣੀ ਕਮੇਟੀ ਹੋਣ ਦੇ ਨਾਂ ਤੇ ਪ੍ਰਧਾਨ ਸਾਹਿਬ ਨੂੰ ਮੰਗ ਪੱਤਰ ਦਿੱਤਾ ਕਿ ਜਨਰਲ ਹਾਊਸ ਦੇ ਮੈਂਬਰ ਹੋਣ ਦੇ ਨਾਂ ਤੇ ਸਾਡਾ ਮੁੱਢਲਾ ਅਧਿਕਾਰ ਇਹ ਆ ਕਿ ਅਸੀਂ ਮੁਲਾਜ਼ਮਾਂ ਦੇ ਹੱਕਾਂ ਦੀ ਰਾਖੀ ਕਰੀਏ। ਠੀਕ ਹੈ। ਤੇ ਜਿਹੜਾ ਮਤਾ 6 ਮਾਰਚ 2020 ਨੂੰ ਚੰਡੀਗੜ੍ਹ ਦੇ ਵਿੱਚ ਪਾਸ ਕੀਤਾ ਜਾਂ ਨਹੀਂ ਕੀਤਾ ਉਹਨੂੰ ਰੱਦ ਕੀਤਾ ਜਾਵੇ ਜਾਂ ਉਹਨੂੰ ਜਨਰਲ ਹਾਊਸ ਦੇ ਵਿੱਚ ਰੱਦ ਕੀਤਾ ਜਾਵੇ।
ਠੀਕ ਇਹ ਲਿਖਤੀ ਰੂਪ ਵੀ ਬੇਨਤੀ ਕੀਤੀ ਆ ਤੇ ਪ੍ਰੈਸ ਮੀਡੀਆ ਦੇ ਸਾਹਮਣੇ ਹਾਂਜੀ ਤੇ ਪ੍ਰੈਸ ਕਾਫਲ ਕਰਕੇ ਵੀ ਇਹ ਬੇਨਤੀ ਕੀਤੀ ਆ ਜਿਹੜੀ ਕਿ ਮਹਿੰਦਰ ਸਿੰਘ ਜੀ ਆਲੀਵਾਲ ਜੋ ਪੀਏ ਆ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਕਿਸੇ ਨਾਲ ਵੀ ਕੋਈ ਧੱਕਾ ਨਹੀਂ ਹੋਊਗਾ ਤੇ ਮੇਰੇ ਖਿਆਲ ਦੇ ਵਿੱਚ ਮੀਡੀਆ ਦੀਆਂ ਖਬਰਾਂ ਜਿਹੜੀਆਂ ਉਹ ਵਟਸਐਪ ਤੇ ਫੇਸਬੁੱਕਾਂ ਤੇ ਜਾਂ ਅਖਬਾਰਾਂ ਦੇ ਵਿੱਚ ਛਪ ਗਈਆਂ ਜੋ ਸਵੇਰ ਨੂੰ ਸੰਗਤਾਂ ਦੇ ਸਾਹਮਣੇ ਆਉਣੀਆਂ ਹਾਂਜੀ ਮੈਂ ਆਵਾਜ਼ੇ ਕੌਮ ਟੀਵੀ ਦੇ ਰਾਹੀਂ ਆਵਾਜ਼ੇ ਕੌਮ ਟੀਵੀ ਵਾਲਿਆਂ ਦੇ ਪ੍ਰਬੰਧਕਾਂ ਦਾ ਜਿੱਥੇ ਧੰਨਵਾਦ ਕਰਦਾ ਕਿ ਸੰਸਾਰ ਦੇ ਸਿੱਖਾਂ ਨੂੰ ਇਹ ਗੱਲ ਪਜਾਈ ਜਾ ਰਹੀ ਆ ਉੱਥੇ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਚ ਅਰਦਾਸ ਬੇਨਤੀ ਵੀ ਕੀਤੀ ਆ ਕਿ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਭਾਈ ਗੋਬਿੰਦਵਾਲ ਲੌਂਗੋਵਾਲ ਦੇ ਸਿਰ ਤੇ ਵੀ ਮਿਹਰ ਭਰਿਆ ਹੱਥ ਰੱਖਿਓ ਸ਼੍ਰੋਮਣੀ ਕਮੇਟੀ ਦੇ ਐਗਜ਼ੀਕਟਿਵ ਮੈਂਬਰਾਂ ਤੇ ਵੀ ਦਫ਼ਤਰ ਵਾਲਿਆਂ ਤੇ ਵੀ ਕਿ ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਕੇ ਇਹਨਾਂ ਗਰੀਬ ਸਿੱਖਾਂ ਦੀਆਂ ਮੰਗਾਂ ਜਿਹੜੀਆਂ ਇਹਨਾਂ ਦੀ ਤਨਖਾਹ ਵਿੱਚ ਕਟੌਤੀ ਹੋਈ ਆ ਉਹ ਨਾ ਕੀਤੀ ਜਾਵੇ ਜਿਹੜੀ ਖੁਸ਼ੀ 1 ਨਵੰਬਰ 2019 ਦੇ ਵਿੱਚ ਮੁਲਾਜ਼ਮ ਨੂੰ ਮਿਲੀ ਸੀ ਉਹ ਦੁਬਾਰਾ ਖੁਸ਼ੀ ਫੇਰ ਮਿਲਣੀ ਚਾਹੀਦੀ ਹੈ ਇੰਨੀਆਂ ਬੇਨਤੀਆਂ ਕੀਤੀਆਂ ਅੱਜ ਪ੍ਰੈਸ ਮੀਡੀਆ ਦੇ ਵਿੱਚ ਤੇ ਲਿਖਤੀ ਰੂਪ ਦੇ ਵਿੱਚ ਬਾਬਾ ਜੀ ਕੁਐਸਚਨ ਇਹ ਪੈਦਾ ਹੁੰਦਾ ਵੀ ਪਹਿਲਾਂ ਵਧਾਈਆਂ ਤੇ ਬਾਅਦ ਘਟਾਉਣ ਦਾ ਕਾਰਨ ਕੀ ਦੱਸਿਆ ਇਹਨਾਂ ਨੇ ਜਿਹੜਾ ਚੰਡੀਗੜ੍ਹ ਦੇ ਮੀਟਿੰਗ ਵਿੱਚ ਹੋਈ ਆ ਕਿਉਂਕਿ ਮੈਂ ਵੀ ਬਹੁਤ ਮੁਲਾਜ਼ਮਾਂ ਨਾਲ ਮੇਰੀ ਗੱਲਬਾਤ ਵੀ ਹੋਈ ਆ ਸਿੱਧੀ ਵੀ ਉਹਨਾਂ ਨੇ ਮੈਨੂੰ ਵੀ ਕਿਹਾ ਸੀ ਕਿ ਤੁਸੀਂ ਸਾਨੂੰ ਟੀਵੀ ਤੇ ਲੈ ਕੇ ਅਸੀਂ ਗੱਲ ਕਰਨੀ ਚਾਹੁੰਦੇ ਹਾਂ ਬਹੁਤ ਮੁਲਾਜ਼ਮਾਂ ਨੇ ਇਹ ਵੀ ਕਿਹਾ ਵੀ ਅਸੀਂ ਸੁਖਬੀਰ ਬਾਦਲ ਨੂੰ ਸਿੱਧੀ ਚਿੱਠੀ ਲਿਖੀ ਆ ਬਈ ਜੇ ਤੁਸੀਂ ਜਿਹੜੀਆਂ 20-22 ਦੀਆਂ ਵੋਟਾਂ ਆਉਣੀਆਂ ਵੀ ਜੇ ਤੁਸੀਂ ਸਾਡੇ ਨਾਲ ਇਹ ਵਿਤਕਰਾ ਕੀਤਾ ਸਾਡੀਆਂ ਤਨਖਾਹਾਂ ਘਟਾਈਆਂ ਤੇ ਅਸੀਂ ਵੋਟਾਂ ਨਹੀਂ ਅਕਾਲੀ ਦਲ ਨੂੰ ਪਾਵਾਂਗੇ ਮੈਂ ਆਵਾਜ਼ੇ ਕੌਮ ਟੀਵੀ ਦੇ ਮਾਧਿਅਮ ਰਾਹੀਂ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਕਈ ਵਾਰੀ ਦਫ਼ਤਰ ਦੇ ਕੁਝ ਅਧਿਕਾਰੀ ਸਾਰੇ ਨੀ ਕੁਝ ਅਧਿਕਾਰੀ ਆਪਣੀ ਮਨ ਮਰਜ਼ੀ ਦੇ ਨਾਲ ਕੁਝ ਅਜਿਹੇ ਫੈਸਲੇ ਲੈ ਲੈਂਦੇ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਬਦਨਾਮ ਕਰਦੇ ਆ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨੂੰ ਵੀ ਬਦਨਾਮ ਕਰਦੇ ਆ ਠੀਕ ਇਸ ਕਰਕੇ ਚਰਨਜੀਤ ਸਿੰਘ ਬਰਾੜ ਨੂੰ ਵੀ ਕੱਲ ਮੈਂ ਜੋ ਸੁਖਬੀਰ ਬਾਦਲ ਦਾ ਸੈਕਟਰੀ ਆ ਪੰਜਾਬ ਦਾ ਉਹਨੂੰ ਵੀ ਕੱਲ ਬੇਨਤੀ ਕੀਤੀ ਸੀ ਕਿ ਕੁਝ ਅਜਿਹੇ ਲੋਕ ਜਿਹੜੇ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਨਹੀਂ ਦੇਖਣਾ ਚਾਹੁੰਦੇ ਜਾਂ ਸੁਖਬੀਰ ਬਾਦਲ ਨੂੰ ਨਹੀਂ ਦੇਖਣਾ ਚਾਹੁੰਦੇ ਉਹਨਾਂ ਨੇ ਸ਼ਰਾਰਤ ਭਰਪੂਰ ਆਪਣੇ ਢੰਗ ਤਰੀਕੇ ਦੇ ਨਾਲ ਇਹ ਮੁਲਾਜ਼ਮਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਜਿਹੜੀ ਕਿ ਦਾਸ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਚ ਅਰਦਾਸ ਬੇਨਤੀ ਕਰਦਾ ਹੋਇਆ ਕਿ ਉਹਨਾਂ ਦੀ ਮਨਸ਼ਾ ਇਹ ਪੂਰੀ ਗੁਰੂ ਰਾਮਦਾਸ ਸਾਹਿਬ ਨੇ ਨਹੀਂ ਹੋਣ ਦੇਣੀ ਪੰਥ ਦੀ ਚੜ੍ਹਦੀ ਕਲਾ ਵੀ ਹੋਊਗੀ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਆ ਉਹ ਵੀ ਸਾਰੂ ਢੰਗ ਦੇ ਨਾਲ ਅਸੀਂ ਇਹਨੂੰ ਚਲਾਉਣ ਦੀ ਕੋਸ਼ਿਸ਼ ਕਰਾਂਗੇ ਤੇ ਇਹ ਬੇਨਤੀ ਰੂਪ ਵਿੱਚ ਕਰ ਦਿੱਤਾ ਗਿਆ ਆ ਹੁਣ ਇਹ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਐਗਜ਼ੀਕਟਿਵ ਨੇ ਸੋਚਣਾ ਤੇ ਇੱਕ ਮੈਂ ਬੇਨਤੀ ਵਿਸ਼ੇਸ਼ ਤੌਰ ਤੇ ਜਿਹੜੀ ਪਹਿਲਾਂ ਨਹੀਂ ਕੀਤੀ ਉਹ ਕਰਾਂ ਹਾਂਜੀ ਕਿ ਸੁਪਰੀਮ ਕੋਰਟ ਦੇ ਲਾਡ ਅੰਡਰ ਕਾਨੂੰਨ ਦੇ ਮੁਤਾਬਕ ਹਾਂਜੀ ਜਿਸ ਮਨੁੱਖ ਨੂੰ ਇੱਕ ਵਾਰੀ ਤਨਖਾਹ ਮਹੀਨੇ ਦੀ ਦੇ ਦਿੱਤੀ ਜਾਵੇ ਉਹ ਤੋਂ ਕਦੇ ਘੱਟ ਨਹੀਂ ਕੀਤੀ ਜਾ ਸਕਦੀ ਸੁਪਰੀਮ ਕੋਰਟ ਦੇ ਰੂਲ ਮੁਤਾਬਕ ਠੀਕ ਹੈ ਤੇ ਜਿਹੜੀ ਗੱਲ ਜਨਰਲ ਹਾਊਸ ਦੇ ਵਿੱਚ ਪਾਸ ਹੋ ਜਾਵੇ ਹਾਂਜੀ ਐਗਜ਼ੀਕਟਿਵ ਦੇ ਕੋਲ ਜਾਂ ਪ੍ਰਧਾਨ ਦੇ ਕੋਲ ਕੋਈ ਅਧਿਕਾਰ ਨਹੀਂ ਉਹ ਜਨਰਲ ਹਾਊਸ ਨੂੰ ਚੈਲੰਜ ਕਰ ਸਕੇ ਇਸ ਕਰਕੇ ਕਾਨੂੰਨੀ ਤੌਰ ਤੇ ਜਿਹੜੀ ਕੰਮ ਇਹ ਗਲਤ ਹੋਇਆ ਆ ਤੇ ਪੂਰੀ ਆਸ ਰੱਖਦੇ ਆ ਕਿ ਇਸ ਨੂੰ ਵਧੀਆ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਐਗਜ਼ੀਕਟਿਵ ਮੈਂਬਰ ਜਾਂ ਪ੍ਰਧਾਨ ਸਾਹਿਬ ਨੂੰ ਹੱਲ ਕਰ ਲੈਣਗੇ ਜੀ ਬਾਬਾ ਜੀ ਜੇ 22 ਦੇ ਵਿੱਚ ਤਾਂ ਤੁਸੀਂ ਇੱਕ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਮੁਲਾਜ਼ਮਾਂ ਦੇ ਹੱਕ ਵਿੱਚ ਖੜੇ ਹੋ ਕਿੰਨੇ ਮੁਲਾਜ਼ਮ ਆ ਜੇ 22 ਦੇ ਨਹੀਂ ਜਿੱਦਾਂ ਜਿਹੜੀ ਇਹ ਗੱਲ ਹੁੰਦੀ ਮਤਲਬ ਕੋਈ ਕਾਰਨ ਕਰਕੇ ਜਾਂ ਇਹਨਾਂ ਦੇ ਜਿਹੜੀਆਂ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤੇ ਤੁਸੀਂ ਤਾਂ ਗੱਲਬਾਤ ਮੁਲਾਜ਼ਮਾਂ ਨਾਲ ਕੀਤੀ ਆ ਫਿਰ ਕੀ ਕਰਨਗੇ
ਮੈਂ ਮਤਲਬ ਆਪਣੇ ਵੱਲੋਂ ਨਿਮਰਤਾ ਨਾਲ ਬੇਨਤੀ ਕਰਦਾ ਵੀ ਇਹਨਾਂ ਨੂੰ ਬਹੁਤ ਜਲਦੀ ਇਹ ਮਸਲਾ ਜਿਹੜਾ ਬਜਟ ਪਾਸ ਹੋਣਾ 28 ਤਰੀਕ ਨੂੰ ਉਦੋਂ ਪਹਿਲਾਂ ਪਹਿਲਾਂ ਹੱਲ ਕਰਨਾ ਚਾਹੀਦਾ, ਨਹੀਂ ਤਾਂ ਇਹਨਾਂ ਵਾਸਤੇ ਬਹੁਤ ਵੱਡੀ ਮੁਸ਼ਕਲ ਆ ਸਕਦੀ ਹੈ ਜਿਹੜੀ ਮੈਂ ਆਉਣ ਵਾਲੇ ਸਮੇਂ ਤੋਂ ਪਹਿਲਾਂ ਕੁਝ ਨਹੀਂ ਦੱਸਣਾ ਚਾਹੁੰਦਾ। ਠੀਕ ਹੈ, ਤੇ ਜਿੱਦਾਂ ਹੁਣ ਕਿਉਂਕਿ ਮੈਂ ਬਹੁਤ ਮੁਲਾਜ਼ਮ ਭਰੇ ਪੀਤੇ ਆ, ਉਹ ਕਹਿੰਦੇ ਜੀ ਸਾਡੇ ਨਾਲ ਬਹੁਤ ਜ਼ਿਆਦਾ ਵਿਤਕਰਾ ਹੋ ਰਿਹਾ, 24 ਘੰਟੇ ਦੀ ਡਿਊਟੀ ਕਰਦੇ ਆ, ਅਸੀਂ ਕੋਈ ਹੋਰ ਕੰਮ ਵੀ ਨਹੀਂ ਕਰ ਸਕਦੇ, ਤੇ ਇਸ ਕਰਕੇ ਸਾਨੂੰ ਤੇ ਵਧੀਆ ਰਹਿਣਾ ਪੈਂਦਾ ਆ, ਤੇ ਪਰ ਸਾਡੇ ਜਿਹੜੇ ਮਤਲਬ ਤਨਖਾਹਾਂ ਦੇ ਵਿੱਚ ਕਟੌਤੀ ਕਰਕੇ ਸਾਡੇ ਪਰਿਵਾਰਾਂ ਨਾਲ ਬੜਾ ਔਖਾ ਸਮਾਂ ਜਿਹੜਾ ਲੰਘ ਰਿਹਾ ਆ। ਮੈਂ ਹੁਣੇ ਮਤਲਬ 15 ਮਿੰਟ ਪਹਿਲਾਂ ਗੁਰੂ ਰਾਮਦਾਸ ਸਾਹਿਬ ਦੇ ਲੰਗਰ ਚੋਂ ਲੰਗਰ ਛੱਕ ਕੇ ਆਇਆ, ਹਾਂਜੀ, ਜਿਨ੍ਹਾਂ ਚੋਂ 10 ਵਿਅਕਤੀ ਸਨ ਜਿਹੜੇ ਮਤਲਬ ਆਟੇ ਦੀਆਂ ਬੋਰੀਆਂ ਜਿਹਨੂੰ ਆਪਾਂ ਪਾਂਡੀ ਚੀਰੀ ਕਹਿ ਦਿੰਦੇ ਆ, ਉਹ 15-15 ਸਾਲ ਤੋਂ ਨੌਕਰੀ ਕਰ ਰਹੇ ਆ, ਹਾਂਜੀ, ਜਿਨ੍ਹਾਂ ਦੀ ਤਨਖਾਹ 3500 ਰੁਪਏ ਤੋਂ ਸ਼ੁਰੂ ਹੋਈ ਸੀ ਤੇ 18-18 ਸਾਲ ਉਹਨਾਂ ਨੂੰ ਡਿਊਟੀ ਕਰਦਿਆਂ ਨੂੰ ਹੋ ਗਏ ਆ, ਤੇ ਅਜੇ 8000 ਰੁਪਏ ਉਹਨਾਂ ਦੀ ਤਨਖਾਹ ਹੋਈ ਆ। ਉਹਨਾਂ ਨੂੰ ਪਹਿਲਾਂ ਰੱਖਿਆ ਜਾਂਦਾ ਸੀ 15 ਦਿਨ ਵਾਸਤੇ, ਫਿਰ ਮਹੀਨੇ ਵਾਸਤੇ, ਫਿਰ 2 ਮਹੀਨੇ ਵਾਸਤੇ, ਫਿਰ 6 ਮਹੀਨੇ ਵਾਸਤੇ, ਉਹਨਾਂ ਨੂੰ ਸਾਲ ਵਾਸਤੇ ਰੱਖਿਆ ਜਾਂਦਾ। ਅਜੇ ਤੱਕ ਉਹਨਾਂ ਦੀ ਆਗਿਆ ਦੇ ਆਰਡਰ ਨਹੀਂ ਪਏ, ਮਤਲਬ 15 ਸਾਲ ਦੇ ਵਿੱਚ। ਠੀਕ, ਕਾਰਨ ਉਹਨਾਂ ਗਰੀਬ ਮੁਲਾਜ਼ਮਾਂ ਦੇ ਹੱਕ ਵਾਸਤੇ ਮੈਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਵੀ ਬੇਨਤੀ ਕਰਦਾ, ਸਮੁੱਚੇ ਸੰਸਾਰ ਦੀਆਂ ਸੰਗਤਾਂ ਨੂੰ ਵੀ ਬੇਨਤੀ ਕਰਦਾ ਕਿ ਗਰੀਬ ਤੁਹਾਡੀ ਵਾਜੇ ਕੌਮ ਟੀਵੀ ਨੂੰ ਵੀ ਬੇਨਤੀ ਕਰਦਾ, ਤੁਸੀਂ ਆਪਣੇ ਤੌਰ ਤੇ ਵੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ, ਅਕਾਲੀ ਦਲ ਨੂੰ, ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਆਪਣੇ ਤੌਰ ਤੇ ਵੀ ਬੇਨਤੀ ਕਰੋ, ਗਰੀਬ ਸਿੱਖਾਂ ਦੇ ਨਾਲ ਅਕਾਲੀ ਹੋਣਾ ਚਾਹੀਦਾ। ਇਹ ਕਿਉਂ ਹੁੰਦਾ ਏਦਾਂ, ਮਤਲਬ ਇੰਨੇ ਇੰਨੇ ਸਾਲ, ਮਤਲਬ ਓਦਾਂ ਅਸੀਂ ਕਹਿੰਦੇ ਵੀ ਸਾਡਾ ਇੱਥੇ ਮਤਲਬ ਜਿਹੜਾ ਵਿਤਕਰਾ ਨਹੀਂ ਹੁੰਦਾ, ਸ਼੍ਰੋਮਣੀ ਕਮੇਟੀ ਸਾਰਿਆਂ ਦਾ ਮਤਲਬ ਬਰਾਬਰ ਚੱਲਦੀ ਆ, ਖਾਸ ਕਰਕੇ ਜੇ ਮੁਲਾਜ਼ਮਾਂ ਨਾਲ ਏਦਾਂ ਹੋ ਰਹੀ ਆ ਤੇ ਮੁਲਾਜ਼ਮ ਕੰਮ ਵੀ ਤਾਂ ਓਦਾਂ ਦਾ ਹੀ ਕਰਨਗੇ। ਫਿਰ ਇਹ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜੇ ਅਸੀਂ ਪ੍ਰਬੰਧਕ ਆ, ਅਸੀਂ ਪ੍ਰਬੰਧਕ ਆਪਣੇ ਸਾਰੂ ਢੰਗ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਵੀ ਨਹੀਂ ਸਮਝਾ ਸਕੇ ਕਿ ਅਸੀਂ ਸਹੀ ਤਰੀਕੇ ਨਾਲ ਜਿਹੜਾ ਕੰਮ ਸੰਸਾਰ ਦੀਆਂ ਸਿੱਖ ਸੰਗਤਾਂ ਨੂੰ ਸਹੂਲਤਾਂ ਦੇਣੀਆਂ ਸੀਗੀਆਂ, ਹਾਂਜੀ, ਜਾਂ ਸੰਗਤਾਂ ਵਾਸਤੇ ਸਰਾਵਾਂ ਦੀ ਗੱਲ ਸੀਗੀ, ਜਾਂ ਸਾਡੇ ਬੋਲਚਾਲ ਦੀ ਗੱਲ ਸੀਗੀ, ਅਸੀਂ ਵਧੀਆ ਤਰੀਕੇ ਦੇ ਨਾਲ ਸਿੱਖ ਸੰਗਤਾਂ ਨੂੰ ਅੱਜ ਤੱਕ ਸਮਝਾ ਹੀ ਨਹੀਂ ਸਕੇ, ਸਾਡੇ ਚ ਘਾਟ ਰਹੀ ਆ ਪ੍ਰਬੰਧਕਾਂ ਦੇ ਵਿੱਚ। ਠੀਕ ਆ, ਤੇ ਬਾਬਾ ਜੀ ਇਹਦੇ ਜਿੱਦਾਂ ਸ਼੍ਰੋਮਣੀ ਕਮੇਟੀ ਵੀ, ਚਲੋ ਆਪਾਂ ਫੇਕ ਤੇ ਲੰਮੀ ਚੌੜੀ ਗੱਲਬਾਤ ਕਰਾਂਗੇ, ਤੁਸੀਂ ਹੁਣ ਅੱਜ ਅਸੀਂ ਇਸ ਮਸਲੇ ਤੇ ਗੱਲ ਕਰਦੇ ਆ, ਫੇਰ ਤੁਹਾਡੀ ਕਿਤੇ ਸਿੱਧੀ ਗੱਲਬਾਤ ਵੀਡੀਓ ਇੰਟਰਵਿਊ ਕਰਾਂਗੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਬਾਰੇ, ਜਾਂ ਹੋਰ ਸ਼੍ਰੋਮਣੀ ਕਮੇਟੀ ਦੇ ਕੀ ਕੀ ਹੋ ਰਿਹਾ, ਕਿਹੜੇ ਕਿਹੜੇ ਕੰਮ ਹੋ ਰਹੇ ਆ, ਤੇ ਕਿਉਂਕਿ ਲੋਕਾਂ ਨੂੰ ਬਾਹਰ ਕਈ ਵਾਰੀ ਏਦਾਂ ਲੱਗਦਾ ਵੀ ਸ਼੍ਰੋਮਣੀ ਕਮੇਟੀ ਉੱਥੇ ਜੀ ਲਟੇਰੇ ਬੈਠੇ ਆ, ਇਹ ਕੁਛ ਕਰਦੇ ਤਾਂ ਨਹੀਂਗੇ, ਏਦਾਂ ਦੇ ਵੀ ਲੋਕਾਂ ਦੇ ਵਿਚਾਰ ਆਉਂਦੇ ਆ। ਪਰ ਮੈਂ ਸੰਸਾਰ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ, ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਸਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗਲਤ ਪ੍ਰਚਾਰ ਕੀਤਾ ਜਾਂਦਾ ਕਿ ਇਹ ਕੰਮ ਨਹੀਂ ਕਰਦੇ, ਬਹੁਤ ਤਰੀਕੇ ਦੇ ਨਾਲ ਬਹੁਤ ਵਧੀਆ ਕੰਮ ਕੀਤੇ ਜਾਂਦੇ ਆ, ਪਰ ਜਿਹੜੇ ਸ਼੍ਰੋਮਣੀ ਕਮੇਟੀ ਵਧੀਆ ਕੰਮ ਕਰਦੇ ਆ, ਸਾਡੇ ਪ੍ਰਬੰਧਕ ਵਧੀਆ ਤਰੀਕੇ ਨਾਲ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਉਹਦੀ ਬਹੁਤੀ ਜਾਣਕਾਰੀ ਦੇਣ ਦੇ ਵਿੱਚ ਕਾਮਯਾਬ ਨਹੀਂ ਹੁੰਦੇ ਜਾਂ ਸਹੀ ਤਰੀਕੇ ਨਾਲ ਦੱਸ ਨਹੀਂ ਰਹੇ, ਇਸ ਕਰਕੇ ਸਾਡੀ ਬਦਨਾਮੀ ਜ਼ਿਆਦਾ ਹੋ ਰਹੀ ਹੈ। ਠੀਕ ਹੈ, ਤੇ ਅਖੀਰ ਦੇ ਵਿੱਚ ਚਲੋ ਤੁਸੀਂ, ਤੁਹਾਡਾ ਅਸੀਂ ਵੀ ਧੰਨਵਾਦ ਕਰਦੇ ਹਾਂ ਕਿ ਤੁਸੀਂ ਮੁਲਾਜ਼ਮਾਂ ਦੇ ਆਮ ਜਿਹੜਾ ਵਿਅਕਤੀ ਹੈ ਜਿਹੜਾ ਮਤਲਬ 2 ਵਕਤ ਦੀ ਰੋਟੀ ਲਈ ਉਹਨੂੰ ਪੈਸੇ ਦੀ ਜ਼ਰੂਰਤ ਹੁੰਦੀ ਹੈ, ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਈ ਹੈ, ਇਹਦੇ ਲਈ ਅਸੀਂ ਆਵਾਜ਼ੇ ਕੋ ਮਤਲਬ ਤੁਹਾਡਾ ਵੀ ਧੰਨਵਾਦ ਕਰਦੇ ਹਾਂ। ਅਖੀਰ ਦੇ ਵਿੱਚ ਹੋਰ ਕੀ ਕਹਿਣਾ ਚਾਹੁੰਦੇ ਹਾਂ ਸਾਡੇ ਦਰਸ਼ਕਾਂ ਲਈ? ਮੈਂ ਸਾਰੇ ਸੰਸਾਰ ਦੀਆਂ ਸੰਗਤਾਂ ਨੂੰ ਵੀ ਬੇਨਤੀ ਕਰਦਾ
ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਵੀ ਬੇਨਤੀ ਕਰਦਾ, ਪ੍ਰਬੰਧਕਾਂ ਨੂੰ ਵੀ ਬੇਨਤੀ ਕਰਦਾ ਕਿ ਸਾਨੂੰ ਗੁਰੂ ਨਾਨਕ ਦੇਵ ਸਾਹਿਬ ਦਾ ਜਿਹੜਾ ਸਿਧਾਂਤ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਵੱਤ ਦਾ ਭਲਾ, ਜਿੱਥੇ ਅਸੀਂ ਆਪਣੇ ਬੱਚਿਆਂ ਵਾਸਤੇ ਚੰਗਾ ਸੋਚਦੇ ਹਾਂ, ਆਪਣੇ ਵਾਸਤੇ ਚੰਗਾ ਸੋਚਦੇ ਹਾਂ, ਉੱਥੇ ਜਿਹੜੇ ਬੰਦੇ ਦਿਨੇ ਰਾਤ ਸ਼੍ਰੋਮਣੀ ਕਮੇਟੀ ਚ ਭਾਂਡੇ ਮਾਂਜਦੇ ਹਨ ਜਾਂ ਝਾੜੂ ਮਾਰਦੇ ਆ ਜਾਂ 28-28 ਸਾਲ ਤੋਂ ਸੇਵਾ ਕਰਦੇ ਅਜੇ ਤੱਕ ਪੱਕੇ ਨਹੀਂ ਹੋਏ, ਉਹਨਾਂ ਗਰੀਬ ਮੁਲਾਜ਼ਮਾਂ ਦੇ ਵੱਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ, ਐਗਜ਼ੀਕਿਊਟਿਵ ਮੈਂਬਰਾਂ ਨੂੰ ਜਾਂ ਸਮੁੱਚੇ ਜਨਰਲ ਹਾਊਸ ਨੂੰ ਬਹੁਤ ਧਿਆਨ ਦੇਣ ਦੀ ਜ਼ਰੂਰਤ ਆ ਕਿ ਗੁਰੂ ਨਾਨਕ ਦੇਵ ਸਾਹਿਬ ਦਾ ਸਿਧਾਂਤ ਵੀ ਪੂਰਾ ਹੋਊਗਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਵੱਤ ਦਾ ਭਲਾ। ਧੰਨਵਾਦ ਜੀ ਬਹੁਤ ਬਹੁਤ ਬਾਬਾ ਜੀ, ਵਾਹਿਗੁਰੂ ਜੀ ਕਾ ਧੰਨਵਾਦ, ਤੁਹਾਡਾ ਵੀ ਬਾਜੇ ਕੌਮ ਟੀਵੀ ਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।